ਅਰਦਾਸ ਕਰੀਏ। ਤਨ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹਾਂ, ਮਨ ਰਾਹੀਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਲਈਏ। ਆਓ ਹੁਣ ਸਾਡੇ ਮਾਣਯੋਗ ਸੱਜਣ ਵੀਰ ਕਰ ਸਕਦਾ ਹੈ, ਇਹ ਕੋਈ ਗੁਰਬਾਣੀ ਦਾ ਸ਼ਬਦ ਨਹੀਂ, ਜੇ ਸ਼ਬਦ ਪੜ੍ਹਨਾ ਹੋਵੇ ਤਾਂ 10 ਮਿੰਟ ਲੱਗ ਜਾਂਦੇ ਨੇ, ਜੇ ਵਿਚਾਰ ਹੀ ਕਰਨੀ ਹੋਵੇ ਗੁਰਬਾਣੀ ਦੀ ਤਾਂ ਉਸ ਦੇ ਵਿੱਚ 10 ਤੋਂ 12 ਮਿੰਟ ਦੇ ਵਿੱਚ ਕੋਈ ਇਤਿਹਾਸ ਸੁਣਾਇਆ ਜਾ ਸਕਦਾ ਹੋਵੇ ਤਾਂ ਅਸੀਂ ਸੁਣਾ ਸਕਦੇ। ਸੋ ਰਹੋ ਵਿਚਾਰ, ਅੱਜ ਆਪਾਂ ਸਮੂਹ ਸੰਗਤਾਂ ਜੋ ਕਿ ਸੰਤ ਬਾਬਾ ਸ਼ੀਤਲ ਸਿੰਘ ਜੀ ਮਹੂਵਾਲਿਆਂ ਦੀ ਮਿੱਠੀ ਯਾਦ ਨੂੰ ਮਨਾ ਰਹੇ ਹਾਂ, ਕਹਿੰਦੇ ਨੇ ਇਹ ਜੋ ਸੰਤ ਜਨ ਹਨ ਇਹਨਾਂ ਨੂੰ ਯਾਦ ਕਿਉਂ ਕੀਤਾ ਜਾਂਦਾ ਹੈ, ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਬਾਣੀ ਦੇ ਵਿੱਚ ਵੀ, ਕਹਿੰਦੇ ਜਨਮ ਮਰਨ ਦੋਹਾਂ ਤੇ ਛੁੱਟ ਹੈ। ਕਹਿੰਦੇ ਨੇ ਜਨਮ ਅਤੇ ਮਰਨ ਤੋਂ ਬਾਅਦ ਵੀ ਜਿਹੜੇ ਸੰਤ ਜਨ ਹੁੰਦੇ ਨੇ ਉਹ ਮੁਕਤ ਹੋ ਜਾਂਦੇ ਨੇ, ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨੇ। ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ, ਪਰਮਾਤਮਾ ਦੀ ਬੰਦਗੀ ਕਰਦੇ ਨੇ, ਕਹਿੰਦੇ ਹੋਰੀਆਂ ਦਾ ਦੂਸਰਿਆਂ ਦਾ ਭਲਾ ਕਰਨ ਵਾਲੇ ਹੁੰਦੇ ਨੇ। ਅਤੇ ਅੱਜ ਆਪਾਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬਾਣੀ ਨੂੰ ਸਰਵਣ ਕਰ ਰਹੇ ਹਾਂ। ਅੱਜ ਆਪਾਂ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ, ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਮਰਦਾਨਾ ਉਹਨਾਂ ਦੇ ਨਾਲ ਦੋਨੇ ਤੁਰੇ ਜਾ ਰਹੇ ਹਨ, ਅਤੇ ਕਹਿੰਦੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲਦੇ ਚੱਲਦੇ ਇੱਕ ਨਗਰ ਦੇ ਵਿੱਚ ਪਹੁੰਚੇ ਨੇ। ਕਹਿੰਦੇ ਨੇ ਇੱਕ ਨਗਰ ਦੇ ਵਿੱਚ ਪਹੁੰਚੇ ਨੇ, ਉਸ ਨਗਰ ਦੇ ਵਿੱਚ ਜਦੋਂ ਪਹੁੰਚੇ ਨੇ ਜਾ ਕੇ ਵੇਖਿਆ ਇੱਕ ਪੁਰਾਣੇ ਵਕਤ ਦੇ ਵਿੱਚ ਜਿਹੜੇ ਕਾਨਿਆਂ ਦੀ ਜਿਸ ਨੂੰ ਝੋਪੜੀ ਕਿਹਾ ਜਾਂਦਾ ਸੀ ਉਸਦੇ ਲਾਗੇ ਪਹੁੰਚੇ ਨੇ, ਜਾ ਕੇ ਉਸਦਾ ਗੇਟ ਜਿਹੜਾ ਹੈ ਉਹ ਖੜਕਾਇਆ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਜਾ ਕੇ ਕਹਿਣ ਲੱਗੇ ਨੇ ਹੇ ਪਿਆਰਿਆ ਕੋਈ ਇਸ ਝੁੱਗੀ ਦੇ ਵਿੱਚ ਵੀ ਰਹਿੰਦਾ ਹੈ, ਕੋਈ ਇਸ ਝੋਪੜੀ ਦੇ ਵਿੱਚ ਵੀ ਰਹਿ ਰਿਹਾ ਹੈ। ਅਤੇ ਕਹਿੰਦੇ ਆਵਾਜ਼ ਨਹੀਂ ਆਈ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਆਵਾਜ਼ ਮਾਰੀ ਹੈ, ਕਹਿੰਦੇ ਹੈ ਕੋਈ ਗੁਰੂ ਦਾ ਸਿੱਖ ਜਿਸ ਦੇ ਨਾਲ ਅੱਜ ਅਸੀਂ ਰਾਤ ਗੁਜ਼ਾਰਨੀ ਹੈ। ਅਤੇ ਕਹਿੰਦੇ ਉਸ ਦੇ ਵਿੱਚ ਇੱਕ ਜਿਸ ਨੂੰ ਕੋਹੜ ਦਾ ਰੋਗ ਹੈ ਉਹ ਰੋਗੀ ਰਹਿ ਰਿਹਾ ਹੈ, ਅਤੇ ਕਹਿੰਦੇ ਮੁੱਖ ਦੇ ਵਿੱਚੋਂ ਕੁਝ ਸ਼ਬਦ ਨਹੀਂ ਬੋਲ ਰਿਹਾ, ਅਤੇ ਬੜਾ ਹੈਰਾਨ ਹੋਇਆ, ਕਹਿ ਰਿਹਾ ਕਿ ਇਹੋ ਜਿਹਾ ਕਿਹੜਾ ਗੁਰੂ ਦਾ ਸਿੱਖ ਆ ਗਿਆ ਜਿਹੜਾ ਮੈਨੂੰ ਅੱਜ ਗੁਰ ਸੱਜਣ ਕਹਿ ਰਿਹਾ ਹੈ, ਸੱਜਣਾ ਕਹਿ ਕੇ ਆਵਾਜ਼ ਮਾਰ ਰਿਹਾ ਹੈ, ਕਹਿੰਦੇ ਇਹੋ ਜਿਹਾ ਕਿਹੜਾ ਗੁਰੂ ਦਾ ਸਿੱਖ ਆ ਗਿਆ ਹੈ। ਪਰ ਕਹਿੰਦੇ ਮਨ ਦੇ ਵਿੱਚੋਂ ਕੁਝ ਸ਼ਬਦ ਉਚਾਰਨ ਨਹੀਂ ਹੋ ਰਹੇ ਨੇ, ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਮਾਰੀ ਹੈ ਹੇ ਗੁਰੂ ਦੇ ਆ ਸਿੱਖਾ ਅੱਜ ਅਸੀਂ ਤੇਰੇ ਸਥਾਨ ਤੇ ਰਾਤ ਕੱਟਣ ਵਾਸਤੇ ਆਏ ਹਾਂ, ਜੇ ਤੇਰੀ ਇਜਾਜ਼ਤ ਹੋਵੇ ਤੇ ਅੱਜ ਅਸੀਂ ਤੇਰੀ ਸੰਗਤ ਦਾ ਆਨੰਦ ਮਾਣ ਸਕਦੇ ਹਾਂ। ਤੇ ਕਹਿੰਦੇ ਨੇ ਜਦੋਂ ਉਹ ਕੋਢੀ ਨੇ ਆਵਾਜ਼ ਸੁਣੀ ਹੈ ਤੇ ਅੰਦਰੋਂ ਹੀ ਆਵਾਜ਼ ਦਿੱਤੀ ਹੈ, ਕਹਿੰਦੇ ਨੇ ਹੇ ਸੰਤ ਜਨੋ, ਕਹਿੰਦੇ ਤੁਸੀਂ ਨਹੀਂ ਜਾਣਦੇ ਮੈਨੂੰ ਕੋਢ ਦਾ ਰੋਗ ਹੈ। ਕਹਿੰਦੇ ਨੇ ਮੇਰੇ ਮਾਂ ਬਾਪ ਮੇਰੇ ਧੀ ਪੁੱਤਰ ਜਿਹੜੇ ਨੇ ਕਹਿੰਦੇ ਨੇ ਮੈਨੂੰ ਨਗਰ ਤੋਂ ਬਾਹਰ ਕੱਢ ਕੇ ਗਏ ਹਨ, ਕਹਿੰਦੇ ਨੇ ਕੋਈ ਵੀ ਮੇਰੇ ਲਾਗੇ ਨਹੀਂ ਆਉਂਦਾ, ਕਹਿੰਦੇ ਨੇ ਕੋਈ ਵੀ ਮੇਰੇ ਲਾਗੇ ਨਹੀਂ ਆਉਂਦਾ, ਪਰ ਕਹਿੰਦੇ ਅੱਜ ਤੁਸੀਂ ਕਿੱਥੋਂ ਆ ਗਏ ਹੋ। ਤੇ ਕਹਿੰਦੇ ਜਦੋਂ ਇਹ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਭਾਈ ਸੱਜਣਾ ਅਸੀਂ ਤੇਰੀ ਅੱਜ ਸੰਗਤ ਦਾ ਆਨੰਦ ਮਾਣਨ ਵਾਸਤੇ ਆਏ ਹੋਏ ਹਾਂ, ਕਹਿੰਦੇ ਅਸੀਂ ਗੁਰੂ ਦੀ ਸੰਗਤ ਦਾ ਆਨੰਦ ਮਾਣਨ ਵਾਸਤੇ ਆਏ ਹੋਏ ਹਾਂ। ਤੇ ਕਹਿੰਦੇ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਆਵਾਜ਼ ਮਾਰੀ ਹੈ ਅਤੇ ਸੰਗਤਾਂ ਨੂੰ ਵੀ ਬੇਨਤੀ ਹੈ ਭਾਈ ਕਿ ਜਿਸਨੇ ਗੁਰੂ ਦਾ ਲੰਗਰ ਨਹੀਂ ਛਕਿਆ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰੂ ਦਾ ਲੰਗਰ ਚੱਲ ਰਿਹਾ ਹੈ, ਸੋ ਛਕਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਵੀ ਬਖਸ਼ੋ। ਕਹਿੰਦੇ ਨੇ ਆਵਾਜ਼ ਮਾਰੀ ਹੈ, ਕਹਿੰਦੇ ਹੈ ਕੋਈ ਗੁਰੂ ਦਾ ਸਿੱਖ, ਤੇ ਕਹਿੰਦੇ ਉਹ ਜੋ ਜਿਸ ਨੂੰ ਕੋਢ ਦਾ ਰੋਗ ਹੈ ਕੋਢੀ ਉੱਥੇ ਰਹਿ ਰਿਹਾ ਹੈ,
ਤੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਭਾਈ ਸੱਜਣਾ ਲੱਗਦਾ ਤੂੰ ਸਾਨੂੰ ਅੱਜ ਆਨੰਦ ਦੇਣਾ ਨਹੀਂ ਚਾਹੁੰਦਾ ਸੰਗਤ ਦਾ, ਇਸ ਕਾਰਨ ਅੱਜ ਅਸੀਂ ਇਸ ਝੋਪੜੀ ਦੇ ਬਾਹਰ ਹੀ ਬੈਠ ਜਾਂਦੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆ ਕਹਿੰਦੇ ਨੇ ਤੁਰਕੀ ਬਾਣੀ ਦਾ, ਉਸ ਬਾਣੀ ਦਾ ਜਾਪ ਕਰਨਾ ਹੈ। ਜਦੋਂ ਬਾਣੀ ਉਚਾਰਨ ਕੀਤੀ ਹੈ ਤੇ ਜਦੋਂ ਉਹ ਸ਼ਬਦ ਗੁਰਬਾਣੀ ਦੇ ਉਸਦੇ ਕੰਨ ਦੇ ਵਿੱਚ ਪਏ ਨੇ ਨਾ, ਤੇ ਕਹਿੰਦੇ ਨੇ ਉਸਦਾ ਕੋੜ ਦਾ ਰੋਗ ਠੀਕ ਹੋਣ ਲੱਗ ਗਿਆ ਹੈ ਤੇ ਦੋਨੇ ਹੱਥ ਜੋੜ ਕੇ ਬੈਠ ਗਏ ਹੈ। ਜਦੋਂ ਬਾਣੀ ਦਾ ਭੋਗ ਪਿਆ ਹੈ ਤੇ ਸਕੋੜੀ ਨੇ ਗੇਟ ਖੋਲਿਆ, ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਣਾਂ ਦੇ ਵਿੱਚ ਡਿੱਗ ਪਿਆ ਹੈ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਣਾਂ ਦੇ ਵਿੱਚ ਡਿੱਗ ਪਿਆ ਹੈ ਤੇ ਕਹਿ ਰਹੇ ਨੇ ਸਤਿਗੁਰੂ ਜੀ, ਕਹਿੰਦੇ ਜਿਹੜੇ ਮਾਂ ਬਾਪ ਆਪਣੇ ਧੀ ਪੁੱਤਰ ਨੂੰ ਬੜਾ ਪਿਆਰ ਕਰਦੇ ਨੇ, ਕਹਿੰਦੇ ਨੇ ਮੈਂ ਤਾਂ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਿਹਾ, ਤੇ ਕਹਿੰਦੇ ਨੇ ਉਹ ਨਗਰ ਦੇ ਲੋਕ ਮੈਨੂੰ ਬਾਹਰ ਧੱਕਾ ਦੇ ਗਏ ਨੇ, ਜਿਸ ਨੂੰ ਵੀ ਭਲੇ ਮਨੁੱਖ ਨੂੰ ਮੇਰੇ ਉੱਪਰ ਤਰਸ ਆਉਂਦਾ ਹੈ ਉਹ ਕੁਝ ਨਾ ਕੁਝ ਪ੍ਰਸ਼ਾਦੇ ਕਹਿੰਦੇ ਨੇ ਦੂਰ ਹੀ ਰੱਖ ਕੇ ਚਲੇ ਜਾਂਦੇ ਨੇ, ਮੈਂ ਤੇ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਿਹਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਇਹ ਭਲਿਆ, ਕਹਿੰਦੇ ਜਿਹਨਾਂ ਲੋਕਾਂ ਨੂੰ ਜਿਹੜੇ ਲੋਕ ਤੈਨੂੰ ਨੀਚ ਆਖਦੇ ਨੇ, ਨੀਚ ਤੂੰ ਨਹੀਂ ਹੈ, ਨੀਚ ਤੇ ਉਹ ਲੋਕ ਨੇ ਜਿਹੜੇ ਤੈਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਕੇ ਗਏ ਨੇ, ਜਿਹੜੇ ਲੋਕ ਤੈਨੂੰ ਨਗਰ ਦੇ ਵਿੱਚ ਬਾਹਰ ਕੱਢ ਕੇ ਗਏ ਹੋਏ ਨੇ ਉਹ ਨੀਚ ਨੇ, ਤੇ ਕਹਿੰਦੇ ਨੇ ਜਿਹੜੇ ਲੋਕ ਤੇਰੇ ਕੋੜ ਦੇ ਰੋਗ ਨੂੰ ਵੇਖ ਕੇ ਤੇਰੇ ਤੋਂ ਦੂਰ ਹੋਇਆ ਕਰਦੇ ਸਨ ਉਹ ਲੋਕ ਅੱਜ ਤੇਰੇ ਕੋੜ ਦੇ ਰੋਗ ਨੂੰ ਕੋੜ ਦੇ ਰੋਗ ਤੋਂ ਮੁਕਤ ਹੋਇਆ ਵੇਖ ਕੇ ਤੈਨੂੰ ਮਿਲਣ ਵਾਸਤੇ ਤਰਸਿਆ ਕਰਨਗੇ। ਕਹਿੰਦੇ ਪਰਮਾਤਮਾ ਦੀ ਬਾਣੀ ਦੇ ਵਿੱਚ ਇੰਨੀ ਸ਼ਕਤੀ ਹੈ, ਜੇ ਸੱਚੇ ਮਨ ਦੇ ਨਾਲ ਪਰਮਾਤਮਾ ਦੀ ਬਾਣੀ ਨੂੰ ਉਚਾਰਨ ਕਰ ਲਈਏ ਤਾਂ। ਸੋ ਮਾਫ਼ ਕਰੋ, ਇੱਕ ਬੇਨਤੀ ਕਰਕੇ ਸਮਾਪਤੀ ਕਰਾਂਗਾ, ਕਿਉਂਕਿ ਆਪਾਂ ਸਾਰੇ ਪਰਮਾਤਮਾ ਦੀ ਬਾਣੀ ਨੂੰ ਉਚਾਰਨ ਵਾਲੇ ਹਾਂ, ਪਰਮਾਤਮਾ ਦੀ ਬਾਣੀ ਨੂੰ ਸਰਵਣ ਕਰਨ ਵਾਲੇ ਹਾਂ। ਪਰ ਕਹਿੰਦੇ ਜਿਹੜਾ ਅਨਪੜ੍ਹ ਇਨਸਾਨ ਹੁੰਦਾ ਹੈ ਨਾ, ਜਿਸ ਨੂੰ ਕਿਸੇ ਬਾਣੀ ਦਾ ਗਿਆਨ ਨਾ ਹੋਵੇ, ਉਹ ਇਨਸਾਨ ਨੂੰ ਕਦੇ ਮਰਜ਼ੀ ਵੇਖ ਲਿਓ, ਜਿੱਥੇ ਵੀ ਬੈਠੇਗਾ ਨਾ ਇਕਾਗਰ ਚਿੱਤ ਨਾਲ ਬੈਠੇਗਾ, ਬਾਣੀ ਨੂੰ ਸਰਵਣੇ ਵੀ ਕਰੇਗਾ। ਤੇ ਆਪਾਂ ਨੂੰ ਇੰਨਾ ਗਿਆਨ ਹੁੰਦਿਆਂ ਸੁਣਦਿਆਂ ਵੀ ਕਹਿੰਦੇ ਨੇ ਸਾਡੀ ਮੱਤ ਹੈ ਜਿਹੜੀ ਖਤਮ ਹੋ ਗਈ। ਕਹਿੰਦੇ ਜਦੋਂ ਇਨਸਾਨ ਜ਼ਿਆਦਾ ਪੜ੍ਹ ਲਿਖ ਜਾਂਦਾ ਹੈ ਨਾ, ਕਹਿੰਦਾ ਕਹਿੰਦੇ ਉਸਦੀ ਮੱਤ ਖਤਮ ਹੋ ਜਾਂਦੀ ਹੈ, ਉਹ ਸੋਚਣ ਤੋਂ ਮੁਕਤ ਹੋ ਜਾਂਦਾ ਹੈ। ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ ਉਸ ਕੋਢੀ ਨੂੰ, ਕਹਿੰਦੇ ਅਸੀਂ ਤੇ ਉਹਨਾਂ ਜੀਵਾਂ ਨੂੰ ਉਚਾਰਨ ਵਾਸਤੇ ਆਏ ਹਾਂ ਜਿਹੜੇ ਲੋਕਾਂ ਦੇ ਸਤਾਏ ਹੋਏ ਨੇ, ਕਿਹੜੇ ਨੇ ਕਿਸੇ ਕੋੜੀ ਦੇ ਨਾਲ ਮਿਲਣ ਦੇ ਨਾਲ ਕੋੜ ਦਾ ਰੋਗ ਨਹੀਂ ਹੁੰਦਾ, ਸਰੀਰ ਦਾ ਜਿਹੜਾ ਰੋਗ ਹੈ ਉਸ ਰੋਗ ਦੇ ਨਾਲ ਜੇ ਇਨਸਾਨ ਮਿਲ ਜਾਵੇ ਤੇ ਸੋਚੇ ਇਨਸਾਨ ਕਿ ਮੈਨੂੰ ਕੋੜ ਦਾ ਰੋਗ ਹੋ ਸਕਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਮਨ ਦਾ ਕੋੜੀ ਹੋਵੇ ਨਾ, ਤਨ ਦੇ ਕੋੜੀ ਤੋਂ ਬਚਿਆ ਜਾ ਸਕਦਾ, ਜੇ ਮਨ ਦਾ ਕੋੜੀ ਕੋਈ ਮਿਲ ਜਾਵੇ ਤੇ ਕਹਿੰਦੇ ਉਸ ਤੋਂ ਕੋਈ ਨਹੀਂ ਬਚਾ ਸਕਦਾ। ਜੇ ਅਸੀਂ ਯਤਨ ਕਰੀਏ ਉਸ ਪਰਮਾਤਮਾ ਦੀ ਬਾਣੀ ਦੇ ਵਿੱਚ, ਸਤਿਗੁਰੂ ਜੀ ਹਜ਼ੂਰੀ ਦੇ ਵਿੱਚ ਆ ਗਏ ਹਾਂ, ਪਰਮਾਤਮਾ ਦੀ ਬਾਣੀ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਤਾਂ ਹੀ ਸਾਡਾ ਆਇਆ ਇਸ ਸੰਸਾਰ ਦੇ ਵਿੱਚ ਸਫਲ ਹੋ ਸਕਦਾ, ਤਾਂ ਹੀ ਇਹ ਜੋ ਦਿਨ ਮਨਾਏ ਸਫਲੇ ਹੋ ਸਕਦੇ ਨੇ। ਕਿਤੇ ਇੰਜ ਨਾ ਹੋਵੇ ਕਿ ਖਾਲੀ ਹੱਥੀ ਸੰਗਤ ਦੇ ਵਿੱਚ ਆਇਆ ਸੀ ਤੇ ਖਾਲੀ ਹੱਥੀ ਤੁਰ ਗਿਆ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕਥਾ ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਤੋਂ ਏਕ ਨਹੀਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਪਿਆਰੀ ਸੰਗਤ ਬਖਸ਼ਣ ਯੋਗ ਹੋ, ਬੜੇ ਪਿਆਰ ਦੇ ਨਾਲ ਫਤਿਹ ਦੀ ਸਾਂਝ ਪਾਉਣੀ ਹੈ, ਬੁਲਾਓ ਫਤਿਹ, ਵਾਹਿਗੁਰੂ ਜੀ।